ਸਰ ਸ੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵਾਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ ਲੰਘੇ ਕੱਲ ਪੰਜਾਬ ਦੇ ਵਿੱਚ ਸੋਹਣੀ ਧੁੱਪ ਨਿਕਲੀ ਹੈ ਧੁੱਪ ਸੇਕੜ ਨੂੰ ਬੜੀ ਚੰਗੀ ਲੱਗੀ ਦਿੱਲੀ ਦੇ ਬਾਡਰਾਂ ਦੇ ਉੱਤੇ ਵੀ ਸੋਹਣੀ ਧੁੱਪ ਨਿਕਲੀ ਹੈ ਜਾਨੀ ਕਿ ਹਰਿਆਣਾ ਦਿੱਲੀ ਤੇ ਪੰਜਾਬ ਦੇ ਵਿੱਚ ਮੌਸਮ ਦਿੜ ਦੇ ਵੇਲੇ ਲੰਘੇ ਕੱਲ ਸੋਹਣਾ ਰਿਹਾ ਰਾਤ ਦੇ ਵੇਲੇ ਤੇ ਸਵੇਰ ਦੇ ਵੇਲੇ ਠਾਰੀ ਬੇहद ਸੀ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਆਉਂਦੇ 48 ਘੰਟੇ ਪੰਜਾਬ ਤੇ ਦਿੱਲੀ ਦਾ ਮੌਸਮ ਸਥਿਰ ਰਹਿਣਾ ਯਾਨੀ ਕਿ ਦਿਨ ਦੇ ਵੇਲੇ ਧੁੱਪ ਨਿਕਲਣੀ ਆ ਤੇ ਆਥੜ ਸਵੇਰ ਦੇ ਵੇਲੇ ਕਾਫੀ ਠੰਡ ਹੋਊਗੀ ਧੁੰਦ ਵੀ ਹੋਊ ਤੇ ਕੋਹਰਾ ਵੀ ਪਊਗਾ ਹੁਣ ਜੇ ਪਹਿਲੀ ਵੱਡੀ ਖਬਰ ਦੇ ਬਾਰੇ ਜਾਣਦੇ ਆ ਤਾਂ ਕਿਸਾਨ ਅੰਦੋਲਨ ਦੇ ਨਾਲ ਹੀ ਸਬੰਧਤ ਹੈ ਕਿਸਾਨ ਅੰਦੋਲਨ ਲਗਾਤਾਰ ਸਿਖਰ ਦੇ ਉੱਤੇ ਆ ਪਿੰਡ ਪਿੰਡ ਦੇ ਵਿੱਚ 26 ਜਨਵਰੀ ਦੀ ਪਰੇਡ ਦੀਆਂ ਤਿਆਰੀਆਂ ਚੱਲ ਰਹੀਆਂ ਲਗਾਤਾਰ ਕਿਸਾਨ ਆ ਜਿਹੜੇ ਉਹ ਲਾਂਬੰਦ ਹੋ ਰਹੇ ਆ ਲਗਾਤਾਰ ਟਰੈਕਟਰ ਆ ਜਿਹੜੇ ਉਹ ਦਿੱਲੀ ਦੇ ਵੱਲ ਜਾਣਾ ਹੁਣ ਚੁੱਕੇ ਆ ਇੱਕ ਹੋਰ ਬੜੀ ਮਹੱਤਵਪੂਰਨ ਗੱਲ ਹੈ ਕਿ 20 ਤਰੀਕ ਤੋਂ ਬਾਅਦ ਪੰਜਾਬ ਦੇ ਤੇ ਹੋਰ ਵੱਖ-ਵੱਖ ਸੂਬਿਆਂ ਦੇ ਟਰੈਕਟਰ ਜਿਹੜੇ ਉਹ ਦਿੱਲੀ ਦੇ ਵੱਲ ਵੱਧ ਗਿਣਤੀ ਦੇ ਵਿੱਚ ਜਾਣਾ ਸ਼ੁਰੂ ਹੋਣਗੇ ਕਿਉਂਕਿ ਇਸ ਗੱਲ ਦਾ ਐਲਾਨ ਕੀਤਾ ਗਿਆ ਕਿ 23 ਤਰੀਕ ਤੋਂ ਦਿੱਲੀ ਦੇ ਵਿੱਚ ਟਰੈਕਟਰਾਂ ਨੇ ਵੜਨਾ ਸ਼ੁਰੂ ਕਰ ਦੇਣਾ ਕਿਉਂਕਿ ਇਹ ਹੋ ਨਹੀਂ ਸਕਦਾ ਕਿ ਜੇਕਰ 26 ਦੀ ਪ੍ਰੇਡ ਦੇ ਵਿੱਚ ਹਿੱਸਾ ਲੈਣਾ ਤਾਂ ਆਪਾਂ 26 ਨੂੰ ਟਰੈਕਟਰ ਦਿੱਲੀ ਦੇ ਵਿੱਚ ਵੜਾਂਗੇ ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਪਹੁੰਚਣੇ ਆ ਜਿਹੜੇ ਕਿ 23 24 ਤੋਂ ਹੀ ਜੇਕਰ ਅੰਦਰ ਜਾਣਾ ਸ਼ੁਰੂ ਹੋਣਗੇ ਤਾਂ ਹੀ ਉਹ ਉੱਥੇ ਮੌਕੇ ਦੇ ਉੱਤੇ ਪਹੁੰਚ ਦੇ ਆ ਨਹੀਂ ਤਾਂ ਉਹਨਾਂ ਨੇ ਪਹੁੰਚ ਕੇ ਵੀ ਨਹੀਂ ਪਹੁੰਚਣਾ ਕਿਉਂਕਿ ਜੇਕਰ ਅਸੀਂ 26 ਨੂੰ ਹੀ ਪਹੁੰਚਾਂਗੇ ਅੰਦਰ ਤਾਂ ਇਹ ਗੱਲ ਸਬਬ ਨਹੀਂ ਹੈ ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਅੱਜ ਕਿਸਾਨ ਆਗੂਆਂ ਦੇ ਵੱਲੋਂ ਦਿੱਲੀ ਦੀ ਪੁਲਿਸ ਦੇ ਨਾਲ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ ਇੱਕ ਹੋਟਲ ਦੇ ਵਿੱਚ ਮੀਟਿੰਗ ਹੋਈ ਹੈ ਦਿੱਲੀ ਦੀ ਪੁਲਿਸ ਨੇ ਕਿਹਾ ਕਿ 2-3 ਦਿਨਾਂ ਤੱਕ ਅਸੀਂ ਅਗਲੀ ਮੀਟਿੰਗ ਕਰਾਂਗੇ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਇਹ ਦਿੱਲੀ ਦੀ ਪੁਲਿਸ ਦਾ ਕੰਮ ਆ ਕਿ ਦਿੱਲੀ ਦੇ ਵਿੱਚ ਕਿਹਨੂੰ ਵੜਨ ਦੇਣਾ ਤੇ ਕਿਹਨੂੰ ਨਹੀਂ ਵੜਨ ਦੇਣਾ ਇਹ ਅਦਾਲਤ ਦਾ ਕੰਮ ਨਹੀਂ ਹੈ ਕਿਉਂਕਿ ਦਿੱਲੀ ਦੀ ਪੁਲਿਸ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਕਿ 26 ਜਨਵਰੀ ਦੇ ਮੌਕੇ ਦਿੱਲੀ ਦੇ ਵਿੱਚ ਟਰੈਕਟਰ ਨਾਵੜਨ ਇਹਦੇ ਨਾਲ ਅਮਨ ਕਾਨੂੰਨ ਸ਼ਾਂਤੀ ਨੂੰ ਖਤਰਾ ਪੈਦਾ ਹੋ ਸਕਦਾ ਲੰਘੇ ਕੱਲ ਕਿਸਾਨ ਆਗੂਆਂ ਦੇ ਵੱਲੋਂ ਪੁਲਿਸ ਨੂੰ ਇਹ ਗੱਲ ਕਹੀ ਗਈ ਹੈ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਦਿੱਲੀ ਦੇ ਅੰਦਰ ਟਰੈਕਟਰ ਆਉਣਗੇ ਪਰ ਰਿੰਗ ਰੋਡ ਦੇ ਉੱਤੇ ਅਸੀਂ ਪ੍ਰਦਰਸ਼ਨ ਕਰਨਾ ਤੇ ਤੁਸੀਂ ਰਿੰਗ ਰੋਡ ਨੂੰ ਵਹਿਲੀ ਕਰਵਾਉਣਾ ਸ਼ੁਰੂ ਕਰ ਦਿਓ ਦਿੱਲੀ ਦੀ ਪੁਲਿਸ ਨੇ ਜੱਕੋ ਤੱਕੀ ਦੇ ਵਿੱਚ ਕਈ ਗੱਲਾਂ ਕਹੀਆਂ ਪਰ ਕਿਸਾਨਾਂ ਨੇ ਦੋ ਟੋਕ ਕੇ ਗੱਲ ਕਹਿ ਦਿੱਤੀ ਆ ਕਿ ਪ੍ਰਦਰਸ਼ਨ ਤਾਂ ਹੋਊਗਾ ਹੀ ਹੋਊਗਾ ਪਰੇਡ ਤਾਂ ਹੋਊਗੀ ਹੀ ਹੋਊਗੀ ਸ਼ਾਂਤਮਈ ਹੋਊਗੀ ਇਹ ਬਹੁਤ ਵਧੀਆ ਹੋਊਗੀ ਇਹ ਇੱਕ ਇਤਿਹਾਸਕ ਪਰੇਡ ਹੋਊਗੀ ਤੇ ਸਰਕਾਰ ਨੂੰ ਵੀ ਤਾਂ ਦੁਨੀਆ ਭਰ ਦੇ ਵਿੱਚ ਵੀ ਲੋਕਾਂ ਨੂੰ ਪਤਾ ਲੱਗੂਗਾ ਕਿ ਕਿਸਾਨ ਇਦਾਂ ਦੀ ਪਰੇਡ ਵੀ ਕਰਨੀ ਜਾਣਦੇ ਆ ਇਸ ਕਰਕੇ ਝਾਕੀਆਂ ਵੀ ਬਹੁਤ ਵੱਡੇ ਪੱਦਰਾਂ ਦੇ ਉੱਤੇ ਤਿਆਰ ਕੀਤਾ ਜਾ ਰਹੀਆਂ ਕਿਸਾਨਾਂ ਦੇ ਵੱਲੋਂ ਤੇ ਇਹ ਪਰੇਡ ਆ ਜਿਹੜੀ ਇੱਕ ਨਿਵੇਕਲੀ ਹੋ ਸਕਦੀ ਹੈ ਲੰਘੇ ਰਣੀ ਅਸੀਂ ਕੁਝ ਕਿਸਾਨ ਆਗੂਆਂ ਦੇ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਕਿ ਅਸੀਂ ਮੀਟਿੰਗ ਦੇ ਵਿੱਚ ਇਹ ਗੱਲ ਕਹਿ ਕੇ ਆਏ ਆ ਪਿਛਲੀ ਮੀਟਿੰਗ ਦੇ ਵਿੱਚ ਕੇਂਦਰ ਦੇ ਮੰਤਰੀਆਂ ਨੂੰ ਕਿ ਜੇ ਤਾਂ ਤੁਹਾਡੀ ਨੀਤ ਠੀਕ ਰਹੀ ਤਾ ਫਿਰ ਇਹ ਇੱਕ ਚੰਗੇ ਪੱਖ ਤੋਂ ਇਤਿਹਾਸਿਕ ਪਰੇਡ ਹੋ ਨਿਕਲਣੀ ਆ ਕਿਉਂਕਿ ਦੁਨੀਆ ਦੇਖੂਗੀ ਵੀ 20-25 ਲੱਖ ਕਿਸਾਨ ਦਿੱਲੀ ਦੇ ਵਿੱਚ ਕਿਵੇਂ ਪਰੇਡ ਕਰ ਰਿਹਾ ਪਰ ਜੇਕਰ ਤੁਹਾਡੀ ਨੀਤ ਫਿੱਟ ਗਈ ਤੇ ਜੇਕਰ ਤੁਸੀਂ ਕੋਈ ਗਲਤ ਕਾਰਵਾਈ ਕੀਤੀ ਜੇਕਰ ਕਿਸਾਨਾਂ ਦੇ ਉੱਤੇ ਕੋਈ ਅਤਿਆਚਾਰ ਹੋਇਆ ਤਾਂ ਵੀ ਇਹ ਇੱਕ ਇਤਿਹਾਸ ਬਣ ਜਾਣਾ ਵੀ ਤੁਸੀਂ ਕੀ ਕੁਝ ਕੀਤਾ ਸ਼ਾਂਤਮਈ ਤਰੀਕੇ ਦੇ ਨਾਲ ਪਰੇਡ ਕਰਦੇ ਕਿਸਾਨਾਂ ਦੇ ਉੱਤੇ ਤੇ ਕਿਸਾਨ ਅਗੂਆਂ ਨੇ ਕਿਹਾ ਜੀ ਕਿ ਅਸੀਂ ਕੇਂਦਰ ਨੂੰ ਕਹਿ ਕੇ ਆਏ ਹਾਂ ਵੀ ਇਤਿਹਾਸ ਕਿਹੋ ਜਿਹਾ ਸਿਰਜਣਾ ਸ਼ਾਂਤਮਈ ਤਰੀਕੇ ਵਾਲਾ ਜਾਂ ਅਤਿਆਚਾਰ ਕਰਕੇ ਲੋਕਾਂ ਨੂੰ ਮਾਰਨ ਵਾਲਾ ਤੁਹਾਡੇ ਉੱਤੇ ਨਿਰਪਰ ਕਰਦੀ ਹੋਣ ਗੱਲ ਹੈ ਪਰ ਲੰਘੇ ਕੱਲ ਜਿਹੜੀ ਮੀਟਿੰਗ ਹੋਣੀ ਸੀ ਉਹ ਮੀਟਿੰਗ ਕੇਂਦਰ ਦੇ ਮੰਤਰੀਆਂ ਨਾਲ ਕੈਨਸਲ ਹੋ ਗਈ ਤੇ ਉਸ ਮੀਟਿੰਗ ਦੇ ਮੁਤਲਕ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਨਾ ਟਾਲੇ ਜਾ ਸਕਣ ਵਾਲੇ ਕਈ ਕਮਾਂ ਦੇ ਕਰਕੇ ਇਹ ਮੀਟਿੰਗ ਅੱਗੇ ਪਾਈ ਜਾਂਦੀ ਹੈ ਯਾਨੀ ਕਿ ਹੁਣ ਇਹ ਮੀਟਿੰਗ ਅੱਜ ਹੋਣੀ ਹੈ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਮੀਟਿੰਗ ਦੇ ਵਿੱਚੋਂ ਨਿਕਲਣਾ ਕੱਖ ਵੀ ਨਹੀਂ ਇਹ ਅਸੀਂ ਪਹਿਲਾਂ ਹੀ ਜਾਣਦੇ ਆ ਪਰ ਮੀਟਿੰਗ ਦੇ ਵਿੱਚ ਜਾਵਾਂਗੇ ਜ਼ਰੂਰ ਤੇ ਲੰਘੇ ਕੱਲ ਚੜੂਨੀ ਹੋਰਾਂ ਦੇ ਵੱਲੋਂ ਤਾਂ ਇਹ ਵੀ ਗੱਲ ਕਹਿ ਦਿੱਤੀ ਗਈ ਕਿ ਸਰਕਾਰ ਹੁਣ ਮੀਟਿੰਗ ਤੋਂ ਭੱਜਣ ਲੱਗ ਪਈ ਹੈ ਰਾਕੇਸ਼ ਟਕੈਤ ਹੋਰਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਕੋਈ ਵੀ ਅਨਸੁਖਾਮੀ ਘਟਨਾ ਵਾਪਰਦੀ ਹੈ ਜੇਕਰ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ 26 ਤਰੀਕ ਨੂੰ ਜਾਂ ਉਸ ਤੋਂ ਪਹਿਲਾਂ ਇਹਦੇ ਲਈ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ ਇਹਦੇ ਲਈ ਕਿਸਾਨ ਬਿਲਕੁਲ ਜ਼ਿੰਮੇਵਾਰ ਨਹੀਂ ਹੈ ਕਿਉਂਕਿ ਜਿਸ ਤਰੀਕੇ ਦੇ ਛੜੀ ਅੰਤਰ ਰਚੇ ਜਾ ਰਹੇ ਆ ਜਿਸ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਕਰਕੇ ਜੇਕਰ ਕੁਝ ਵੀ ਵਿਗੜਦਾ ਕਿਸੇ ਦਾ ਵੀ ਵਿਗੜਦਾ ਉਹਦੇ ਲਈ ਦਿੱਲੀ ਦੀ ਪੁਲਿਸ ਜਾਂ ਫਿਰ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਆ ਇਹਦੇ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੋਊਗਾ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸੰਜਿਆ ਕਰਦੇ ਆ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ 20 ਜਨਵਰੀ ਨੂੰ ਕਿਸਾਨਾਂ ਤੇ ਸਰਕਾਰ ਦਰਮਿਆਨ ਅਗਲੇ ਗੇੜ ਦੀ ਮੀਟਿੰਗ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਕੈਤ ਨੇ ਸਰਕਾਰ ਦੇ ਉੱਤੇ ਕਈ ਦੋਸ਼ ਲਾਏ ਨੇ ਰਾਕੇਸ਼ ਟਕੈਤ ਨੇ ਕਿਹਾ ਕਿ 20 ਜਨਵਰੀ ਨੂੰ ਇੱਕ ਮੀਟਿੰਗ ਹੋਣੀ ਹੈ 2020 ਦਾ ਪੂਰਾ ਸਾਲ ਮੜਾ ਰਿਆ ਸਰਕਾਰ ਨੂੰ ਤਰੀਕ ਦਾ ਫੈਸਲਾ ਕਰਨਾ ਚਾਹੀਦਾ ਪਰ ਸਾਡੇ ਕੋਲ ਉਹੀ ਮੁੱਦੇ ਨੇ ਉਹਨਾਂ ਮੁੱਦਿਆਂ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਵੀ ਮੁੱਦਾ ਨਹੀਂ ਅਸੀਂ ਚਾਹੁੰਦੇ ਹਾਂ ਕਿ ਐਮਐਸਪੀ ਦੇ ਉੱਤੇ ਕਾਨੂੰਨ ਬਣਾਇਆ ਜਾਵੇ ਸੁਵਾਮੀ ਨਾਥਨ ਕਮੇਟੀ ਦੀ ਰਿਪੋਰਟ ਲਾਗੂ ਕੀਤੀ ਜਾਵੇ ਤੇ ਤਿੰਨੇ ਕਾਨੂੰਨ ਵਾਪਸ ਲਏ ਜਾਣ ਤੇ ਤਕੈਤ ਨੇ ਕਿਹਾ ਅਸੀਂ ਕਾਨੂੰਨ ਦੇ ਬਿੰਦੂਆਂ ਦੇ ਉੱਤੇ ਵਿਚਾਰ ਵਟਾਂਦਰਾ ਨਹੀਂ ਕਰਨਾ ਚਾਹੁੰਦੇ ਜਿਹੜੀਆਂ ਚੀਜ਼ਾਂ ਖਰਾਬ ਨੇ ਉਹ ਖਰਾਬ ਨੇ ਟਰੈਕਟਰ ਰੈਲੀ ਬਾਰੇ ਰਾਕੇਸ਼ ਤਕੈਤ ਨੇ ਕਿਹਾ ਕਿ ਪਹਿਲਾਂ ਹੀ ਇਹ ਫੈਸਲਾ ਲਿਆ ਗਿਆ ਸੀ ਕਿ ਦਿੱਲੀ ਪੁਲਿਸ ਇਸ ਦੀ ਆਗਿਆ ਨਹੀਂ ਦੇਵੇਗੀ ਅੰਦੋਲਨ ਚੱਲ ਰਿਹਾ ਹੈ ਟਕਰਾਅ ਹੁੰਦਾ ਹੈ ਤਾਂ ਦੇਖੋ ਜੇ ਇਸ ਦੌਰਾਨ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਭਾਰਤ ਸਰਕਾਰ ਇਸ ਦੀ ਜ਼ਿੰਮੇਵਾਰ ਹੋਵੇਗੀ ਸਰਕਾਰ ਕਰਕੇ ਇਹ ਅੰਦੋਲਨ ਚੱਲ ਰਿਹਾ ਹੈ ਐਨ ਆਈਏ ਦੇ ਕਿਸਾਨ ਆਗੂਆਂ ਨੂੰ ਦਿੱਤੇ ਗਏ ਨੋਟਿਸਾਂ ਦੇ ਉੱਤੇ ਰਕੇਸ਼ ਕੈਤਨੇਕ ਆ ਜਾਂਚ ਏਜੰਸੀਆਂ ਸਾਡੀਆਂ ਦਾਲਾਂ ਤੇ ਚੌਲਾਂ ਦੀ ਵੀ ਗਿਣਤੀ ਕਰ ਰਹੀਆਂ ਨੇ ਉਹਨਾਂ ਨੂੰ ਸਰਕਾਰ ਨੇ ਪੜਤਾਲ ਕਰਨੀ ਚਾਹੀਦੀ ਹੈ ਉਹ ਲੋਕ ਜਾਣਗੇ ਜਿਨ੍ਹਾਂ ਨੂੰ ਪੁੱਛਗਛ ਵਾਸਤੇ ਬੁਲਾਇਆ ਗਿਆ ਅੰਦੋਲਨ ਦੇ ਦੌਰਾਨ ਜਿਹੜੇ ਵੀ ਕੇਸ ਹੋਏ ਆ ਅਸੀਂ ਉਦੋਂ ਹੀ ਵਾਪਸ ਆਵਾਂਗੇ ਜਦੋਂ ਉਹ ਵਾਪਸ ਲੈ ਜਾਣਗੇ ਇਸ ਖਬਰ ਦੇ ਉੱਤੇ ਟਿੱਪਣੀ ਕਰਨ ਲਈ ਦੋਸਤੋ ਪਹਿਲੀ ਗੱਲ ਤਾਂ ਸਿੱਖਾਂਗੇ ਇਸ ਵਕਤ ਭਾਰਤ ਦੀ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਜਦੋਂ ਲੋਕ ਲਗਾਤਾਰ ਦਿੱਲੀ ਦੇ ਵੱਲ ਪਹੁੰਚ ਰਹੇ ਆ ਭਾਵੇਂ ਉਹ ਗਾਜੀਪੁਰ ਦਾ ਬਾਰਡਰ ਹੋਵੇ ਭਾਵੇਂ ਟਿਕਰੀ ਹੋਵੇ ਭਾਵੇਂ ਸਿੰਘੂ ਹੋਵੇ ਉਹਨਾਂ ਦੀ ਗਿਣਤੀ ਨੂੰ ਦੇਖ ਕੇ ਕੇਂਦਰ ਦੀ ਸਰਕਾਰ ਨੂੰ ਹੌਲਤਾ ਪੈਂਦੇ ਇਹ ਤਾਂ ਗੱਲ ਸੱਚੀ ਹੈ ਪਰ ਲਗਾਤਾਰ ਉਹਨਾਂ ਦੇ ਵੱਲੋਂ ਜ਼ਿਦ ਵੀ ਕੀਤੀ ਜਾ ਰਹੀ ਹੈ ਲਗਾਤਾਰ ਅੜੀ ਵੀ ਪੁਗਾਈ ਜਾ ਰਹੀ ਹੈ ਕੇਂਦਰ ਦੀ ਸਰਕਾਰ ਦੇ ਵੱਲੋਂ ਕਿ ਹਮ ਸੋਧ ਤੋਂ ਕਰ ਸਕਤੇ ਹਨ ਮਗਰ ਕਾਨੂੰਨ ਖਤਮ ਨਹੀਂ ਕਰ ਸਕਤੇ ਕਾਨੂੰਨ ਵਾਪਸ ਨਹੀਂ ਲੈ ਸਕਤੇ ਇਸੇ ਗੱਲ ਦੇ ਉੱਤੇ ਪੁੰਡੀ ਫਸੀ ਹੋਈ ਹੈ ਤੇ ਇਸੇ ਗੱਲ ਦੇ ਉੱਤੇ ਫਸੀ ਰਹਿਣੀ ਆ ਉਹਦੇ ਕੁਝ ਸਮੇਂ ਤੱਕ ਇਸ ਗੱਲ ਦੀ ਹੁਣ ਆਸ ਵੱਜ ਰਹੀ ਹੈ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਪੁਲਿਸ ਅਧਿਕਾਰੀਆਂ ਨੇ ਇਹ ਆਖਿਆ ਜਿਹੜੇ ਦਿੱਲੀ ਦੇ ਪੁਲਿਸ ਅਧਿਕਾਰੀ ਆ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਨਾ ਕਰੋ ਇਹ ਟਰੈਕਟਰ ਪ੍ਰੇਡ ਸੁਪਰੀਮ ਕੋਰਟ ਦੇ ਵੱਲੋਂ ਕੋਰਾ ਜਵਾਬ ਦੇ ਦਿੱਤਾ ਗਿਆ ਦੇ ਭਾਈ ਅਸੀਂ ਇਸ ਮਾਮਲੇ 'ਚ ਦਖਲ ਨਹੀਂ ਦੇਣਾ ਦਿੱਲੀ ਦੀ ਪੁਲਿਸ ਨੂੰ ਇੰਉਂ ਲੱਗਦਾ ਕਿ ਜੇਕਰ ਇੰਨੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਦਿੱਲੀ 'ਚ ਆ ਗਏ ਤਾਂ ਸਾਡੇ ਪਿੰਡ ਪੱਲੇ ਕੁਝ ਨਹੀਂ ਰਹਿਣਾਗਾ ਸਾਡੇ ਹੱਥ ਵਸ ਕੁਝ ਨਹੀਂ ਰਹਿਣਾਗਾ ਦੁਨੀਆ ਭਰ ਦੇ ਵਿੱਚ ਇਸ ਟਰੈਕਟਰ ਪਰੇਡ ਦਾ ਸੁਣੀਹਾ ਜਾਣਾ ਕਿ ਕਿਸਾਨ ਕਿੰਨੇ ਸੰਜਮ ਦੇ ਨਾਲ ਕਿੰਨੀ ਏਕਤਾ ਦੇ ਨਾਲ ਕਿੰਨੀ ਸਬਰਥਾ ਦੇ ਨਾਲ ਕਿੰਨੇ ਉਤਸ਼ਾਹ ਤੇ ਕਿੰਨੇ ਹੌਸਲੇ ਦੇ ਨਾਲ ਕੇਂਦਰ ਦੀ ਸਰਕਾਰ ਦੇ ਬਰਾਬਰ ਆਪਣੀ ਪ੍ਰੇਡ ਕਰ ਰਹੇ ਆ ਹਾਲਾਂਕਿ ਕਿਸਾਨ ਆਗੂਆਂ ਦੇ ਵੱਲੋਂ ਇਹ ਗੱਲ ਬਾਰ ਬਾਰ ਕਹੀ ਜਾ ਰਹੀ ਹੈ ਕਿ ਨਾ ਤਾਂ ਅਸੀਂ ਲਾਲ ਕਿਲੇ ਦੇ ਉੱਤੇ ਕੋ ਕਬਜ਼ਾ ਕਰਨਾ ਨਾ ਸੀ ਪਾਰਲੀਮੈਂਟ ਦਾ ਘਰਾਓ ਕਰਨਾ ਨਾ ਸੀ ਦਿੱਲੀ ਵਿਹੌਣ ਲਈ ਆਏ ਆ ਨਾ ਸੀ ਮਾਹੌਲ ਪੜਕਾਉਣ ਦੇ ਲਈ ਆਏ ਆ ਨਾ ਸਾਡੇ ਹੱਥ ਦੇ ਵਿੱਚ ਕੋਈ ਡੰਡਾ ਜਾਂ ਹਥਿਆਰ ਹੋਣਾ ਜੇਕਰ ਕੋਈ ਹਮਲਾ ਕੀਤਾ ਤਾਂ ਤੁਹਾਡੇ ਵੱਲੋਂ ਜਾਂ ਤੁਹਾਡੇ ਕਰਿੰਦਿਆਂ ਦੇ ਵੱਲੋਂ ਭਾਵੇਂ ਕੀਤਾ ਜਾਵੇ ਪਰ ਅਸੀਂ ਕਿਸੇ ਵੀ ਕਿਸਮ ਦੀ ਲੜਾਈ ਦੇ ਮੂਡ ਦੇ ਵਿੱਚ ਨੀ ਆ ਰਹੇ ਅਸੀਂ ਤਾਂ ਆਪਣੀ ਸ਼ਾਂਤੀ ਦਾ ਇੱਕ ਸੁਨੇਹਾ ਦੇਣ ਦੇ ਲਈ ਆਏ ਆ ਵੀ ਕਿਸਾਨਾਂ ਨੂੰ ਬੇਸ਼ੱਕ ਤੁਸੀਂ 2 ਮਹੀਨੇ ਤੋਂ ਲਗਾਤਾਰ ਤੰਗ ਪਰੇਸ਼ਾਨ ਕਰ ਰਹੇ ਆ ਪਰ ਤੁਹਾਡੀ ਦਿੱਲੀ ਦੇ ਵਿੱਚ ਆ ਕੇ ਉਹ ਇਸ ਤਰੀਕੇ ਦੇ ਨਾਲ ਗਣਤੰਤਰ ਦਿਵਸ ਦੇ ਮੌਕੇ ਪ੍ਰੇਡ ਵੀ ਕਰ ਸਕਦੇ ਆ ਹਾਲਾਂਕਿ ਕੁਝ ਬੀਜੇਪੀ ਦੀਆਂ ਹਮਖਿਆਲ ਜਥੇਬੰਦੀਆਂ ਇਹ ਗੱਲ ਕਹਿਣੀਆਂ ਕਿ ਤਿਰੰਗੇ ਦਾ ਅਪਮਾਨ ਕਰ ਰਹੇ ਕਿਸਾਨ ਜਦਕਿ ਕਿਸਾਨ ਆਗੂ ਇਹ ਗੱਲ ਕਹਿੰਦੇ ਆ ਕਿ ਹਰ ਟਰੈਕਟਰ ਦੇ ਮੂਰੇ ਕਿਸਾਨੀ ਝੰਡਾ ਵੀ ਹੋਊਗਾ ਤੇ ਨਾਲ ਹੀ ਤਿਰੰਗਾ ਝੰਡਾ ਵੀ ਲੱਗਾ ਹੋਊਗਾ ਤਾਂ ਇਹ ਤਾਂ ਸਨਮਾਨ ਦੀ ਗੱਲ ਆ ਇਹ ਅਪਮਾਨ ਦੀ ਗੱਲ ਤਾਂ ਵੈਸੇ ਹੈ ਵੀ ਨਹੀਂ ਉਸ ਤੋਂ ਗੱਲ ਇਹ ਹੈ ਕਿ ਲੱਗੇ ਕੱਲ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਇੱਕ ਬੜੀ ਮਹੱਤਵਪੂਰਨ ਗੱਲ ਕਹੀ ਹੈ। ਉਹਨਾਂ ਦੀ ਇਹ ਗੱਲ ਮੇਰੇ ਖਿਆਲ ਦੇ ਮੁਤਾਬਕ ਹਰ ਥਾਂ ਦੇ ਉੱਤੇ ਵਾਇਰਲ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਇਸ ਵਕਤ ਅੰਦੋਲਨ ਨੂੰ ਤੋੜਨ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਉਹਨਾਂ ਨੇ ਕਿਹਾ ਵੀ ਜਦੋਂ ਵੀ ਕੋਈ ਅੰਦੋਲਨ ਅੱਗੇ ਵਧਿਆ ਚਾਰ ਪੜਾਵਾਂ ਦੇ ਵਿੱਚ ਸਰਕਾਰ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੀ ਆ ਉਸ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਆ। ਪਹਿਲਾ ਪੜਾ ਹੁੰਦਾ ਗੱਲਬਾਤ ਦਾ ਕਿ ਆਓ ਆਪਾਂ ਗੱਲਬਾਤ ਕਰਦੇ ਹਾਂ ਤੁਸੀਂ ਸਾਨੂੰ ਮਸਲਾ ਦੱਸੋ ਸਲਾਹ ਹਲ ਕਰਦੇ ਆ ਦੂਜਾ ਪੜਾ ਹੁੰਦਾ ਲਾਲਚ ਦੇਣ ਦਾ ਵੀ ਚਲੋ ਜੀ ਆਪਾਂ ਮਿਲ ਬੈਠ ਕੇ ਕਰ ਲੈਨੇ ਆ ਅੰਦਰ ਖਾਤੇ ਕੁਝ ਕੁ ਲੋਕ ਖਰੀਦ ਲੈ ਜਾਂਦੇ ਆ ਵਿਕ ਵੀ ਜਾਂਦੇ ਕਈ ਲੋਕ ਪਰ ਕਿਸਾਨ ਅੰਦੋਲਨ ਦੇ ਵਿੱਚ ਇਹ ਪੜਾ ਵੀ ਨਿਕਲ ਗਿਆ ਉਹਨਾਂ ਨੇ ਕਿਹਾ ਤੀਜਾ ਪੜਾ ਜਿਹੜਾ ਹੁੰਦਾ ਸਰਕਾਰ ਦਾ ਤੀਜੀ ਜਿਹੜੀ ਉਹਨਾਂ ਦਾ ਟਰਿਕ ਹੁੰਦਾ ਉਹ ਹੁੰਦਾ ਜੀ ਕਿ ਅਸੀਂ ਡਰਾਗੇ ਅਸੀਂ ਧਮਕਾਈਏ ਅਸੀਂ ਕੇਸਾਂ ਦੇ ਵਿੱਚ ਉਲਝਾਈਏ ਉਹ ਵੀ ਸਾਡੇ ਕਿਸਾਨ ਆਗੂਆਂ ਦੇ ਉੱਤੇ ਚੜੂਨੀ ਹੋ ਰਹੇ ਨੇ ਕਿਹਾ ਲਗਾਤਾਰ ਕੇਸ ਕੀਤੇ ਜਾ ਰਹੇ ਆ ਪਰ ਅਸੀਂ ਫੇਰ ਨਹੀਂ ਰੁਕੇ ਅਸੀਂ ਫੇਰ ਨਹੀਂ ਝੁਕੇ ਅਸੀਂ ਫੇਰ ਵੀ ਲਗਾਤਾਰ ਟੱਕਰ ਰਹਿਆ ਇਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਟੱਕਰ ਦੇ ਰਹੇ ਆ ਤੇ ਉਹਨਾਂ ਨੇ ਕਿਹਾ ਸਰਕਾਰ ਦੇ ਕੋਲੇ ਆਖਰੀ ਹਥਿਆਰ ਹੁੰਦਾ ਅਧੂਲਨ ਦੇ ਵਿੱਚ ਫੁੱਟ ਪਾਉਣ ਦਾ ਆਪਣੇ ਕੁਝ ਕੁ ਬੰਦੇ ਛੱਡ ਦਿਓ ਸਾਡੇ ਆਲੇ-ਦੁਆਲੇ ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਮਿਲਦੇ ਆ ਪਤਾ ਨਹੀਂ ਉਹਦੇ ਵਿੱਚੋਂ ਕਿਹੜਾ ਬੰਦਾ ਸਰਕਾਰ ਦੇ ਨਾਲ ਮਿਲਿਆ ਹੋਵੇ ਪਰ ਉਹਨਾਂ ਨੇ ਕਿਹਾ ਕਿ ਅਸੀਂ ਇਸ ਫੁੱਟ ਵਾਲੇ ਫਾਰਮੂਲੇ ਨੂੰ ਵੀ ਖਤਮ ਕਰਨਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹੋ ਜੀ ਕੋਈ ਵੀ ਫੁੱਟ ਸਾਡੇ ਵਿੱਚ ਨਾ ਪਵੇ ਅਸੀਂ ਸਾਰੇ ਏਕੇ ਦੇ ਵਿੱਚ ਬੱਝੇ ਰਹੇਗੇ ਉਹਨਾਂ ਨੇ ਕਿਹਾ ਕਿ ਹੁਣ ਤੱਕ ਅਸੀਂ ਚਾਰਾਂ ਦੇ ਵਿੱਚੋਂ ਤਿੰਨ ਫਾਰਮੂਲੇ ਤਾਂ ਸਰਕਾਰ ਨੇ ਫੇਲ ਕਰ ਦਿੱਤੇ ਆ ਤੇ ਉਥੇ ਇਹਨੂੰ ਫੇਲ ਕਰਨੀਆਂ ਕੋਸ਼ਿਸ਼ਾਂ ਕਰ ਰਹੇ ਆ ਪਰ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਲੋਕ ਕਿਸੇ ਦੇ ਬਾਰੇ ਵਿੱਚ ਕੁਝ ਗਲਤ ਨਾ ਲਿਖਦਿਆ ਕਰਨ ਇਸ ਵਕਤ ਕੋਈ ਵੀ ਵਿਕਿਆ ਨਹੀਂ ਇਸ ਵਕਤ ਕੋਈ ਵੀ ਡਰਿਆ ਨਹੀਂ ਇਸ ਵਕਤ ਕੋਈ ਵੀ ਝੁਕਿਆ ਨਹੀਂ ਅਸੀਂ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਵਾਪਸ ਆਵਾਂਗੇ ਤੇ ਇੱਕ ਮੇਰੀ ਬੇਨਤੀ ਨਿੱਜੀ ਤੌਰ ਦੇ ਉੱਤੇ ਵੀ ਹੈ ਵੀ ਜਦੋਂ ਹੁਣ ਟਰੈਕਟਰ ਮਾਰਚ ਦੀਆਂ ਤਿਆਰੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਆ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਹੋਣਾ ਕੇਂਦਰ ਦੀ ਸਰਕਾਰ ਨਾਲ ਮੱਥਾ ਬੜੇ ਵੱਡੇ ਪੱਧਰ ਤੇ ਲੱਗਿਆ ਹੋਇਆ ਦਿੱਲੀ ਦੀ ਪੁਲਿਸ ਨੂੰ ਵੀ ਲੋਹੇ ਦੇ ਛੋਲੇ ਚੱਪਣੇ ਪੈ ਸਕਦੇ ਆ ਪਰ ਆੜੀਆਂ ਜ਼ਿੰਮੇਵਾਰੀਆਂ ਕੀ ਬਣਦੀਆਂ ਕਿਉਂਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਫੇਸਬੁੱਕ ਦੇ ਉੱਤੇ ਕੋਈ ਕਿਤੇ ਕੋਈ ਕਿਤੇ ਆਪਦੀ ਛੁਰਲੀ ਛੜ ਦਿੰਦੇ ਆ ਲੋ ਜੀ ਫਲਾਣਾ ਕਿਸਾਨ ਆਗੂ ਤਾਂ ਵਿਕ ਗਿਆ ਇਹਨੇ ਵਿਕ ਹੀ ਜਾਣਾ ਸੀ ਇਹ ਪਹਿਲਾਂ ਵੀ ਵਿਕਦਾ ਆਇਆ ਇਹ ਤਾਂ ਹੈ ਹੀ ਗਦਾਰ ਇਹ ਤਾਂ ਹੈ ਹੀ ਫਲਾਣਾ ਆਪਾਂ ਜੋ ਰਜਾਈ ਦੇ ਵਿੱਚ ਬੈਠ ਕੇ ਇਨਕਲਾਬ ਲਿਆਉਣੇ ਆ ਇਹ ਆਪਾਂ ਨੂੰ ਬੰਦ ਕਰ ਦੇਣਾ ਚਾਹੀਦਾ ਜੇ ਤਾਂ ਆਪਣੇ ਕੋਲੇ ਸਬੂਤ ਆ ਕਿ ਫਲਾਣਾ ਬੰਦਾ ਵਿਕ ਗਿਆ ਜਾਂ ਫਲਾਣੇ ਬੰਦੇ ਦੇ ਕੋਲੇ ਐਨੇ ਪੈਸੇ ਆਏ ਆ ਫਿਰ ਤਾਂ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ ਫਿਰ ਠੋਕ ਕੇ ਗੱਲ ਕਰਨੀ ਚਾਹੀਦੀ ਹੈ ਤੇ ਨਹੀਂ ਤਾਂ ਆਪਾਂ ਨੂੰ ਛੁਰਲੀ ਛੱਡ ਮਹਿਕਮੇ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਐਵੇਂ ਆਪ ਆਪਾ ਕੁਝ ਕੀਤਾ ਨਹੀਂ ਹੁੰਦਾ ਤੇ ਜਿਹੜਾ ਕਰ ਰਿਆ ਉਹਦੇ ਉੱਤੇ ਅਸੀਂ ਨੁਕਸ ਕੱਢੀ ਜਾਂਦੇ ਹਾਂ ਉਹਦੇ ਤੇ ਕਿੰਤੂ ਕਰੀ ਜਾਂਦੇ ਆ ਸਾਨੂੰ ਇਦਾਂ ਬੁਲਣ ਦਾ ਵੀ ਕੋਈ ਅਧਿਕਾਰ ਨਹੀਂ ਅਸੀਂ ਮਰਿਆਦਾ ਦੇ ਵਿੱਚ ਰਹਿ ਕੇ ਆਪਣੀ ਟਿੱਪਣੀ ਕਰਗੇ ਹਰ ਕਿਸੇ ਦੇ ਉੱਤੇ ਸ਼ੱਕ ਨਾ ਪੈਦਾ ਕਰਗੇ ਤੇ ਮੈਂ ਬੜਾ ਹੈਰਾਨ ਹੁੰਨਾ ਇੱਕ ਜਣੇ ਨੇ ਲਿਖ ਦਿੱਤਾ ਕਿ ਫਲਾਣਾ ਕਿਸਾਨ ਆਗੂ ਵਿਕ ਗਿਆ ਥੱਲੇ 3600 ਜਾਣਾ ਐਵੇਂ ਉਹਨਾਂ ਨੂੰ ਸਮਝ ਕੁਝ ਹੁੰਦੀ ਨਹੀਂ ਬਿਲਕੁਲ ਜੀ ਇਹਨੇ ਵਿਕ ਹੀ ਜਾਣਾ ਸੀ ਇਹ ਤਾਂ ਖਰੀਦਿਆ ਹੀ ਜਾਣਾ ਸੀ ਇਹ ਤਾਂ ਪਹਿਲਾਂ ਹੀ ਬਿਗਦਾਰਿਆ ਵੀ ਆਪਾਂ ਆਪਣੀ ਸੋਚ ਦੇ ਘੋੜੇ ਘੱਟ ਭਜਾਇਆ ਕਰਗੇ ਇਸ ਵਕਤ ਅੰਦੋਲਨ ਨੂੰ ਸਾਡੀ ਵੀ ਲੋੜ ਹੈ ਤੇ ਸਾਡੀ ਲੋੜ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਲਿਖਣ ਦੇ ਰੂਪ ਦੇ ਵਿੱਚ ਹੈ ਜੇਕਰ ਅਸੀਂ ਲਿਖੇ ਬਿਨਾ ਜੇਕਰ ਅਸੀਂ ਵਿਚਾਰ ਪ੍ਰਗਟ ਕਰੇ ਬਿਨਾ ਨਹੀਂ ਰਹਿ ਸਕਦੇ ਤਾਂ ਫਿਰ ਅਸੀਂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦਾ ਨਾਰਾ ਲਿਖਦਿਆ ਕਰਗੇ ਜਾਂ ਸੀ ਇਹ ਗੱਲ ਕਹਿ ਕਰੀਏ ਕਿ ਸਾਨੂੰ ਇਸ ਅੰਦੋਲਨ ਦੇ ਉੱਤੇ ਮਾਨ ਹੈ ਤੇ ਜਾਂ ਫਿਰ ਅਸੀਂ ਉੱਥੇ ਜਾ ਕੇ ਤੇ ਉਹਨਾਂ ਕਿਸਾਨਾਂ ਦੇ ਵਿੱਚ ਬੈਠ ਜੀਏ ਜਿਹੜੇ ਕਿ ਪਿਛਲੇ 2 ਮਹੀਨਿਆਂ ਤੋਂ ਠਾਰੀ ਦੇ ਵਿੱਚ ਇਸ ਵਕਤ ਬੈਠੇ ਹੋਏ ਆ ਲਗਾਤਾਰ ਕਿਸਾਨ ਕੇਂਦਰ ਦੇ ਨਾਲ ਮੱਥਾ ਇਹ ਬੈਠੀ ਹੈ ਕਿ ਜੋ ਲੋਕ ਸਭਾ ਦੀ ਕੰਟੀਨ ਹੈ ਜੋ ਸਾਡੀ ਪਾਰਲੀਮੈਂਟ ਦੀ ਕੰਟੀਨ ਅਸਲ ਦੇ ਵਿੱਚ ਉਹਦੇ ਵਿੱਚ ਸਬਸਿਡੀ ਦੇ ਉੱਤੇ ਭੋਜਨ ਮਿਲਦਾ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਨੂੰ ਜਿਨ੍ਹਾਂ ਨੂੰ ਇੰਨੇ ਵੱਡੇ ਪੱਦਰ ਦੇ ਉੱਤੇ ਤਨਖਾਹਾਂ ਤੇ ਪੱਤੇ ਤੇ ਸਿਕਿਉਰਟੀ ਤੇ ਹੋਰ ਪਤਾ ਨਹੀਂ ਕੀ ਕੁਝ ਮਿਲਦਾ ਹੋਵੇ ਉਹਨਾਂ ਨੂੰ 35 ਰੁਪਏ ਦੇ ਵਿੱਚ ਥਾਲੀ ਕਿਹੜੀ ਗੱਲੋਂ ਮਿਲਦੀ ਹੈ ਭਾਰਤ ਦੇ ਵਿੱਚ ਕਿਹੜਾ ਇਹੋ ਜਿਹਾ ਚੰਗਾ ਢਾਬਾ ਜਿੱਥੇ ਕਿ 50 ਰੁਪਈਆ ਦੇ ਵਿੱਚ ਬੰਦੇ ਨੂੰ ਢਿੱਡ ਭਰ ਕੇ ਰੋਟੀ ਖਾਣ ਨੂੰ ਮਿਲਦੀ ਹੋਵੇ ਜੇਕਰ ਅੱਜ ਤੁਹਾਡੇ ਕੋਲੇ 100 ਰੁਪਈਆ 100 ਰੁਪਈਏ ਦੇ ਵਿੱਚ ਵੀ ਤੁਸੀਂ ਕਿਸੇ ਢਾਬੇ ਦੇ ਉੱਤੇ ਬੈਠ ਕੇ ਦਾਲ ਦੇ ਨਾਲ ਹੀ ਚਾਰ ਰੋਟੀਆਂ ਖਾ ਸਕਦੇ ਆ ਜੇ ਤੁਸੀਂ ਦਾਲ ਦੇ ਨਾਲ ਇੱਕ ਸਬਜ਼ੀ ਲੈ ਲਈ ਜਾਂ ਤੁਸੀਂ ਕਹੋ ਜੀ ਇੱਕ ਕੌਲੀ ਮੈਂ ਚੌਲਾਂ ਦੀ ਵੀ ਲੈ ਲਾਂ ਤੇ ਨਾਲ ਮੈਂ ਕੋਈ ਗੰਡਾ ਮooli ਵੀ ਲੈ ਲਾਂ ਇਹ ਬਿੱਲ 2250 ਰੁਪਈਏ ਦੇ ਉੱਤੇ ਕੱਲੇ ਜਾਣੇ ਦਾ ਪਹੁੰਚ ਜਾਂਦਾ ਇਸ ਕਰਕੇ ਜਦੋਂ ਹੁਣ ਆਮ ਬੰਦੇ ਦੇ ਲਈ ਤਾਂ ਰੋਟੀ ਇੰਨੀ ਮਹਿੰਗੀ ਹੋਵੇ ਤੇ ਉਹੀ ਰੋਟੀ ਆ ਜਿਹੜੀ ਇਸ ਤੋਂ ਚੰਗੀ ਗੁਣਵੱਤਾ ਵਾਲੀ ਚੰਗੀ ਕੁਆਲਿਟੀ ਵਾਲੀ ਉਹ ਪਾਰਲੀਮੈਂਟ ਦੀ ਕੰਟੀਨ ਦੇ ਵਿੱਚ ਮਿਲਦੀ ਹੋਵੇ 35 ਰੁਪਈਆ ਦੇ ਵਿੱਚ ਥਾਲੀ ਜਿੱਥੇ ਕਿ ਮਸਾਲਾ ਡੋਸਾ ਮਿਲਦਾ ਹੋਵੇ 12 ਰੁਪਈਆ ਦਾ ਤੇ ਬਾਹਰ ਹੋਵੇ 70 60 ਰੁਪਈਆ ਦਾ ਜਾਂ 100 ਰੁਪਈਆ ਦਾ ਤਾਂ ਫਿਰ ਸਵਾਲ ਬਹੁਤ ਵੱਡੇ ਪੱਧਰ ਦੇ ਉੱਤੇ ਉੱਠਦੇ ਸੀ ਹੁਣ ਜਦੋਂ ਆਪਾਂ ਜਾਣਦੇ ਆ ਕਿ ਕੁਝ ਦਿਨਾਂ ਬਾਅਦ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਉਸ ਤੋਂ ਪਹਿਲਾਂ ਸਪੀਕਰ ਓਮ ਬਿਰਲਾ ਹੁਕਮਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਇਹ ਹੁਣ ਇਹ ਸਬਸਿਡੀ ਭੋਜਨ ਦੇ ਉੱਤੇ ਖਤਮ ਕਰ ਦਿੱਤੀ ਗਈ ਹੈ ਹੁਣ ਜੋ ਬਾਜ਼ਾਰੂ ਰੇਟ ਆ ਜਿਸ ਤਰੀਕੇ ਦੇ ਨਾਲ ਭੋਜਨ ਮਿਲਦਾ ਉਸੇ ਮੁੱਲ ਦੇ ਉੱਤੇ ਮਿਲੇਗਾ ਨਾ ਕਿ ਹੁਣ ਫੂਡ ਦੇ ਉੱਤੇ ਸਬਸਿਡੀ ਦਿੱਤੀ ਜਾਣੀ ਹੈ ਬੜੀ ਚੰਗੀ ਗੱਲ ਆ ਇਹ ਹੋਣਾ ਵੀ ਚਾਹੀਦਾ ਸੀ ਕਿਉਂਕਿ ਮੈਂ ਨਹੀਂ ਦੇਖਿਆ ਕੋਈ ਪਾਰਲੀਮੈਂਟ ਮੈਂਬਰ ਇਹੋ ਜਿਹਾ ਹੋਵੇ ਜਿਹੜਾ ਕਿ ਭੁੱਖਾ ਮਰਦਾ ਹੋਵੇ ਜਿਨ੍ਹਾਂ ਨੂੰ ਰੋਟੀ ਨਾ ਮਿਲਦੀ ਹੋਵੇ ਜਿਹੜਾ ਬਹੁਤ ਜ਼ਿੰਦਗੀ ਤੋਂ ਆਵਾਜ਼ਾਰ ਹੋਵੇ ਜਿਹੜੇ ਲੋਕ ਜ਼ਿੰਦਗੀ ਤੋਂ ਆਵਾਜ਼ ਆ ਰਹੇ ਜਿਨ੍ਹਾਂ ਦੇ ਘਰ ਦੇ ਵਿੱਚ ਰੋਟੀ ਨਹੀਂ ਪਖਦੀ ਜਿਨ੍ਹਾਂ ਦੇ ਚੁੱਲਿਆਂ ਦੇ ਵਿੱਚ ਅੱਗ ਨਹੀਂ ਬਲਦੀ ਉਹ ਤਾਂ ਵਿਚਾਰੇ ਖੁਦਕੁਸ਼ੀਆਂ ਕਰ ਰਹੇ ਆ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਮਹਿੰਗੀਆਂ ਕਾਰਾਂ ਝੁੱਟਣ ਵਾਲੇ ਚੰਗੇ ਬੰਗਲਿਆਂ ਦੇ ਵਿੱਚ ਰਹਿਣ ਵਾਲੇ ਬਣਾ ਦਿੱਤਾ ਤੇ ਉਹ ਪਾਰਲੀਮੈਂਟ ਦੇ ਵਿੱਚ ਮੌਜਾਂ ਲੁੱਟਦੇ ਆ ਇਸ ਕਰਕੇ ਇਹ ਜਿਹੜੀ ਸਬਸਿਡੀ ਆ ਖਤਮ ਕਰਨੀ ਚਾਹੀਦੀ ਸੀ ਜਿਹੜੀ ਕਿ ਹੁਣ ਕਰਨ ਦਾ ਐਲਾਨ ਕਰ ਦਿੱਤਾ ਗਿਆ ਪਹਿਲਾਂ ਇਸ ਰਿਪੋਰਟ ਦਾ ਵੀਰਵਾ ਸਾਂਝਾ ਕਰਦੇ ਆ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ ਭਾਰਤ ਦੀ ਸਭ ਤੋਂ ਵੱਧ ਸਸਤੇ ਖਾਣੇ ਦੇ ਲਈ ਮਸ਼ਹੂਰ ਪਾਰਲੀਮੈਂਟ ਦੀ ਕੰਟੀਨ ਦੀ ਥਾਲੀ ਹੁਣ ਮਹਿੰਗੀ ਹੋਣ ਵਾਲੀ ਹੈ ਸਰਕਾਰ ਨੇ ਇਹਦੇ ਤੇ ਮਿਲਣ ਵਾਲੀ ਫੂਡ ਸਬਸਿਡੀ ਨੂੰ ਖਤਮ ਕਰ ਦਿੱਤਾ ਹੈ ਇਸ ਕੰਟੀਨ ਦੇ ਵਿੱਚ ਮਿਲਣ ਵਾਲੇ ਖਾਣੇ ਦੀ ਕੀਮਤ ਕਾਫੀ ਘਟ ਹੋਣ ਕਰਕੇ ਅਕਸਰ ਸਵਾਲ ਉੱਠਦੇ ਰਹੇ ਨੇ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਸੰਸਦ ਦੇ ਮੈਂਬਰਾਂ ਸਟਾਫ ਤੇ ਬਾਰੀ ਲੋਕਾਂ ਨੂੰ ਸਧਾਰਨ ਮੁੱਲ ਦੇ ਉੱਤੇ ਖਾਣਾ ਮਿਲੇਗਾ ਲੋਕ ਸਭਾ ਸਪੀਕਰ ਓਮ ਬਿੜਲਾ ਨੇ ਮੰਗਲਵਾਰ ਨੂੰ ਇਸ ਫੈਸਲੇ ਦੇ ਮੁਤਲਕ ਦੱਸਿਆ ਉਹਨਾਂ ਨੇ ਕਿਹਾ ਕਿ ਸੰਸਦ ਦੀ ਕੰਟੀਨ ਦੇ ਵਿੱਚ ਸਬਸਿਡੀ ਪੂਰੀ ਤਰ੍ਹਾਂ ਹਟਾ ਦਿੱਤੀ ਗਈ ਹੈ ਇਹਦੇ ਵਿੱਚ ਹਰ ਸਾਲ 17 ਕਰੋੜ ਰੁਪਏ ਦੀ ਬਚਤ ਹੋਵੇਗੀ 2019 ਦੇ ਵਿੱਚ ਵਿੰਟਰ ਸੈਸ਼ਨ ਦੌਰਾਨ ਓਮ ਬਿੜਲਾ ਨੇ ਹੀ ਇਹ ਸੁਝਾ ਦਿੱਤਾ ਸੀ ਇਸ ਤੋਂ ਬਾਅਦ ਸਾਰੇ ਸੰਸਦ ਮੈਂਬਰਾਂ ਨੇ ਤੈਅ ਕੀਤਾ ਸੀ ਕਿ ਉਹ ਕੰਟੀਨ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਸਬਸਿਡੀ ਦਾ ਫਾਇਦਾ ਨਹੀਂ ਲੈਣਗੇ ਸੰਸਦ ਦੀ ਕੰਟੀਨ ਦੇ ਵਿੱਚ ਹੁਣ ਤੱਕ 4 ਰੁਪਏ ਦੇ ਵਿੱਚ ਚੌਲ ਮਿਲਦੇ ਰਹੇ ਨੇ ਦੋਸੇ ਤੇ ਚੌਲ ਦੇ ਨਾਲ ਨੌਨ ਵੇਜ ਦੇ ਉੱਤੇ ਮਿਲਣ ਵਾਲੀ ਛੋਟ 20 ਰੁਪਏ ਤੋਂ ਲੈ ਕੇ 200 ਰੁਪਏ ਤੱਕ ਹੈ ਲੰਚ ਦੇ ਲਈ 106 ਰੁਪਏ ਤੈ ਸਨ ਤੇ ਸਾਊਥ ਇੰਡੀਅਨ ਫੂਡ ਦੇ ਵਿੱਚ ਪਲੇਨ ਡੋਸਾ ਸਿਰਫ 12 ਰੁਪਏ ਦੇ ਵਿੱਚ ਮਿਲਦਾ ਸੀ ਸੰਸਦ ਦੀ ਕੰਟੀਨ ਦੇ ਵਿੱਚ ਖਾਣੇ ਦੇ ਉੱਤੇ ਬੇਅਦ ਸਬਸਿਡੀ ਨੂੰ ਲੈ ਕੇ ਦਸੰਬਰ 2015 ਦੇ ਵਿੱਚ ਮੀਡੀਆ ਦੇ ਵਿੱਚ ਆਈਆਂ ਰਿਪੋਰਟਾਂ ਤੋਂ ਬਾਅਦ 1 ਜਨਵਰੀ 2016 ਨੂੰ ਵੀ ਕੰਟੀਨ ਦੇ ਖਾਣੇ ਦੀਆਂ ਕੀਮਤਾਂ ਵਧਆਂ ਗਈਆਂ ਸਨ ਸੰਸਦ ਮੈਂਬਰਾਂ ਦੇ ਨਾਲ ਨਾਲ ਉੱਥੋਂ ਦਾ ਸਟਾਫ ਸੁਰੱਖਿਆ ਕਰਮਚਾਰੀ ਪੱਤਰਕਾਰ ਤੇ ਸੰਸਦ ਦੀ ਕਾਰਵਾਈ ਦੇਖਣ ਲਈ ਆਉਣ ਵਾਲੇ ਲੋਕ ਹੁਣ ਸੰਸਦ ਦੀ ਕੰਟੀਨ ਦੇ ਵਿੱਚ ਖਾਣਾ ਖਾਂਦੇ ਨੇ ਖਾ ਵੀ ਸਕਣਗੇ ਪਰ ਸਧਾਰਨ ਮੁੱਲ ਦੇ ਉੱਤੇ 2015 ਦੀ ਰਿਪੋਰਟਾਂ ਦੇ ਵਿੱਚ ਸਾਹਮਣੇ ਆਇਆ ਸੀ ਕਿ ਕੰਟੀਨ ਦੇ ਵਿੱਚ ਖਾਣੇ ਦੀ ਲਗਤ ਦੇ ਉੱਤੇ 80% ਤੱਕ ਸਬਸਿਡੀ ਦਿੱਤੀ ਜਾਂਦੀ ਹੈ ਉਸ ਸਮੇਂ ਬੀਜੂ ਜਨਤਾ ਦਲ ਦੇ ਸੰਸਦ ਮੈਂਬਰ ਵਿਜੈਨਤ ਜੈ ਪਾਂਡਾ ਨੇ ਸਪੀਕਰ ਨੂੰ ਚਿੱਠੀ ਲਿਖ ਕੇ ਸਬਸਿਡੀ ਖਤਮ ਕਰਨੀ ਮੰਗ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਜਦੋਂ ਸਰਕਾਰ ਆਰਥਿਕ ਰੂਪ ਦੇ ਨਾਲ ਮਜ਼ਬੂਤ ਲੋਕਾਂ ਤੋਂ ਐਲਪੀਜੀ ਸਬਸਿਡੀ ਵਾਪਸ ਲੈਣ ਦੇ ਲਈ ਕਹਿ ਰਹੀ ਹੈ ਤਾਂ ਸੰਸਦ ਮੈਂਬਰਾਂ ਤੋਂ ਵੀ ਕੰਟੀਨ ਦੀ ਸਬਸਿਡੀ ਖਤਮ ਕਰ ਦੇਣੀ ਚਾਹੀਦੀ ਸਪੀਕਰ ਨੇ ਰਾਜ ਸਭਾ ਤੇ ਲੋਕ ਸਭਾ ਦੇ ਸ਼ਡਿਊਲ ਦੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਬਜਟ ਸੈਸ਼ਨ 29 ਜਨਵਰੀ ਤੋਂ 8 ਅਪ੍ਰੈਲ ਤੱਕ ਚੱਲੇਗਾ ਰਾਜ ਸਭਾ ਦੀ ਕਾਰਵਾਈ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਚੱਲੇਗੀ ਤੇ ਲੋਕ ਸਭਾ ਦੀ ਕਾਰਵਾਈ ਸ਼ਾਮੀ 4 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਚਲਦੀ ਰਹੇਗੀ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਸੀ ਕਹਾਂਗੇ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਹ ਗੱਲ ਕਹੀ ਗਈ ਭਾਰਤ ਦੇ ਪ੍ਰਧਾਨ ਮੰਤਰੀ ਨੇ ਬਹੁਤ ਵੱਡੀ ਇਸ਼ਤਿਹਾਰਬਾਜ਼ੀ ਕਰਕੇ ਗੱਲ ਕਹੀ ਸੀ ਕਿ ਜਿਹੜੇ ਲੋਕ ਸਮਰਥ ਹੈ ਉਹ ਆਪਣੇ ਆਪ ਹੀ ਆਪਦਾ ਅਨਲਿਸਿਸ ਕਰਕੇ ਆਪਣੀ ਆਮਦਨ ਦੇ ਮੁਤਾਬਕ ਆਪੇ ਐਲਪੀਜੀ ਸਬਸਿਡੀ ਛੱਡ ਦੇਣ ਤੇ ਜਿਨ੍ਹਾਂ ਨੂੰ ਸਬਸਿਡੀ ਮਿਲਦੀ ਹੈ ਉਹਨਾਂ ਦੇ ਵਿੱਚੋਂ ਕਈਆਂ ਨੂੰ ਹੁਣ 21 ਰੁਪਏ ਆਉਂਦੀ ਹੈ ਖਾਤੇ ਦੇ ਵਿੱਚ ਕਿਸੇ ਨੂੰ 23 ਰੁਪਏ ਆਉਂਦੀ ਹੈ ਕਿਸੇ ਨੂੰ 20 ਰੁਪਏ ਵੀ ਨਹੀਂ ਆਉਂਦੀ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਲੋਕ ਇਸ ਸਬਸਿਡੀ ਨੂੰ ਲੈਣ ਦੇ ਹੱਕਦਾਰ ਹੈ ਉਹਨਾਂ ਦੀ ਹੌਲੀ-ਹੌਲੀ ਹੌਲੀ-ਹੌਲੀ ਸਬਸਿਡੀ ਖਤਮ ਕਰ ਦਿੱਤੀ ਗਈ ਹੈ ਤੇ ਇਸੇ ਕਰਕੇ ਕਈ ਵਾਰ ਰੌਲਾ ਉੱਠਿਆ ਪਰ ਉਹ ਰੌਲਾ ਦਬ ਗਿਆ ਹੁਣ ਜੇਕਰ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਆਰਥਿਕ ਪੱਖੋਂ ਮਜ਼ਬੂਤ ਲੋਕਾਂ ਨੂੰ ਕਹਿ ਸਕਦੇ ਆ ਕਿ ਸਬਸਿਡੀ ਛੱਡ ਦਿਓ ਤਾਂ ਫਿਰ ਇਹ ਗੱਲ ਕਿਉਂ ਨਹੀਂ ਕਹਿ ਸਕਦੇ ਕਿ ਜੀ ਉਹਨਾਂ ਨੂੰ ਸਬਸਿਡੀ ਦਾ ਭੋਜਨ ਨਹੀਂ ਖਾਣਾ ਚਾਹੀਦਾ ਜਿਹੜੇ ਕਿ ਪਾਰਲੀਮੈਂਟ ਦੇ ਮੈਂਬਰ ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਗਰੀਬ ਨਹੀਂ ਹੈ ਇਹਨਾਂ ਨੂੰ ਚੰਗੀਆਂ ਤਨਖਾਹਾਂ ਮਿਲਦੀਆਂ ਚੰਗੇ ਪੱਤੇ ਮਿਲਦੇ ਆ ਜ਼ਿੰਦਗੀ ਜਿਉਣ ਦੀਆਂ ਬਾਕੀ ਸਾਰੀਆਂ ਸਹੂਲਤਾਂ ਮਿਲਦੀਆਂ ਪਰ ਪਾਰਲੀਮੈਂਟ ਦੇ ਵੱਲੋਂ ਜੋ ਫੈਸਲਾ ਕੀਤਾ ਗਿਆ ਜੋ ਸਪੀਕਰ ਦੇ ਵੱਲੋਂ ਫੈਸਲਾ ਕੀਤਾ ਗਿਆ ਇਹ ਇੱਕ ਬੜੀ ਵਧੀਆ ਗੱਲ ਹੈ ਇਹ ਵੈਸੇ ਪਹਿਲਾਂ ਹੀ ਫੈਸਲਾ ਹੋ ਜਾਣਾ ਚਾਹੀਦਾ ਸੀ ਇਹਦੇ ਨਾਲ 17 ਕਰੋੜ ਰੁਪਈਆ ਸਾਲਾਨਾ ਜਿਹੜਾ ਝਟਕਾ ਲੱਗਦਾ ਆਮ ਲੋਕਾਂ ਦੀ ਜੇਬ ਨੂੰ ਉਹ ਖਤਮ ਹੋਊਗਾ ਕਿਉਂਕਿ 17 ਕਰੋੜ ਰੁਪਈਆ ਇਹ ਕਿਸੇ ਵੀ ਪਾਰਟੀ ਦੀ ਜੇਬ ਦੇ ਵਿੱਚੋਂ ਨਹੀਂ ਜਾਂਦਾ ਕਿਸੇ ਨੇਤਾ ਦੀ ਜੇਬ ਦੇ ਵਿੱਚੋਂ ਨਹੀਂ ਜਾਂਦਾ ਇਹ ਸਬਸਿਡੀ ਵੀ ਆਮ ਲੋਕਾਂ ਦੇ ਟੈਕਸ ਦੇ ਰੂਪ ਦੇ ਵਿੱਚ ਕੀਤੇ ਗਏ ਭੁਗਤਾਨ ਦੇ ਨਾਲ ਹੀ ਅੱਗੇ ਤੋਂ ਅੱਗੇ ਚੱਲਦੀ ਸੀ ਸੋ ਵਧੀਆ ਗੱਲ ਹੈ ਇਹ ਮੌਕੇ ਦੇ ਉੱਤੇ ਫੈਸਲਾ ਕੀਤਾ ਗਿਆ ਮੈਂ ਤਾਂ ਕਦੇ-ਕਦੇ ਇਹ ਵੀ ਸੋਚਦਾ ਕਿ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਆ ਜਿਹੜੇ ਉਹਨਾਂ ਦੀ ਸਿਕਿਉਰਿਟੀ ਦੇ ਬਾਰੇ ਵੀ ਸੋਚਣਾ ਚਾਹੀਦਾ ਕਿਉਂਕਿ ਕਈ ਜਣੇ ਆ ਸਿਕਿਉਰਟੀਾਂ ਲਈ ਫਿਰਦੇ ਆ ਕੋਈ ਵਾਈਪਲਸ ਸਿਕਿਉਰਟੀ ਲਈ ਫਿਰਦਾ ਕੰਗਣਾ ਰਣੌਤ ਵਰਗੀ ਜਿਹੜੀ ਔਰਤ ਆ ਜਿਹੜੀ ਬਾਲੀਵੁੱਡ ਦੀ ਅਦਾਕਾਰਾ ਉਹ ਵੀ ਵਾਈਪਲਸ ਸਿਕਿਉਰਟੀ ਲਈ ਫਿਰਦੀ ਐ ਸਨੀ ਦਿਓਲ ਨੂੰ ਕਿਸੇ ਕਿਸਮ ਦਾ ਖਤਰਾ ਕੋਈ ਨਹੀਂ ਸਿਕਿਉਰਟੀ ਉਹਨੂੰ ਵੀ ਬਥੇਰੀ ਮਿਲੀ ਐ ਜਿਹੜੇ ਹਲਕਿਆਂ ਦੇ ਵਿੱਚ ਤੁਸੀਂ ਚੁਣੇ ਹੋ ਉੱਥੇ ਤੁਸੀਂ ਜਾਣਾ ਨਹੀਂ ਤੇ ਤੁਹਾਨੂੰ ਖਤਰਾ ਕਿਹੜੀ ਗੱਲ ਦਾ ਤੁਹਾਨੂੰ ਤਾਂ ਇਨੇ ਕ ਚੰਗੇ ਕੰਮ ਕਰਨੇ ਚਾਹੀਦੇ ਨੇ ਨੇਕ ਕੰਮ ਕਰਨੇ ਚਾਹੀਦੇ ਆ ਕਿ ਤੁਹਾਨੂੰ ਨਾਲ ਕੋਈ ਆਪਣੀ ਸਿਕਿਉਰਟੀ ਦੇ ਵਿੱਚ ਰੱਖਣਾ ਹੀ ਨਾ ਪਵੇ ਲੋਕ ਤੁਹਾਡੀ ਸਿਕਿਉਰਟੀ ਬਣ ਕੇ ਚੱਲਣ ਕਿ ਦੇਵਤੇ ਵਰਗਾ ਸਾਡਾ ਨੇਤਾ ਤੇ ਅਸੀਂ ਇਹਦੇ ਉੱਤੇ ਹਮਲਾ ਵੇਂ ਹੋਣ ਦੇਗੇ ਪਰ ਇਦਾਂ ਹੁੰਦਾ ਨਹੀਂ ਜੇਕਰ ਆਉਂਦੇ ਸਮੇਂ ਦੇ ਵਿੱਚ ਇਹ ਵੀ ਨਿਜਮ ਬਣ ਜੇ ਕਿ ਵਿਧਾਨ ਸਭਾ ਦੇ ਇੱਕ ਮੈਂਬਰ ਦੇ ਕੋਲੇ ਇੱਕ ਮੈਂਬਰ ਹੋਊਗਾ ਸਿਕਿਉਰਿਟੀ ਦਾ ਜਾਂ ਦੋ ਹੋਣਗੇ ਜਾਂ ਲੋਕ ਸਭਾ ਦੇ ਮੈਂਬਰ ਦੇ ਕੋਲੇ ਜਾਂ ਰਾਜ ਸਭਾ ਦੇ ਮੈਂਬਰ ਦੇ ਕੋਲੇ ਇੰਨੇ ਕ ਮੈਂਬਰ ਹੋਣਗੇ ਜਾਂ ਬਿਲਕੁਲ ਨਹੀਂ ਹੋਣਗੇ ਤਾਂ ਵੀ ਲੋਕਾਂ ਦੀ ਜੇਬ ਦੇ ਉੱਤੇ ਪੈ ਰਿਆ ਡਾਕਾ ਬੰਦ ਹੋਊਗਾ ਪਰ ਸ਼ਾਇਦ ਇਹ ਕੁਝ ਨਹੀਂ ਹੋਣਾ ਉਹਦਾ ਕਾਰਨ ਇਹ ਆ ਕਿਉਂਕਿ ਇਸ ਮਾਮਲੇ ਦੇ ਵਿੱਚ ਸਾਰੇ ਇੱਕੋ ਜਿਹੇ ਆ ਲਾਮੇਸਾ ਮੇਟਾ ਕੇ ਚੋਪ ਬੱਟੀ ਰੱਖੀ ਅਨਾ ਹਜ਼ਾਰੇ ਨੇ ਜਿਹੜੇ ਕਿ ਸਮਾਜ ਸੇਵੀ ਨੇ ਪਰ ਉਹਨਾਂ ਨੇ ਹੁਣ ਚੁੱਪ ਫੇਰ ਤੋੜ ਦਿੱਤੀ ਹੈ ਪਿਛਲੇ ਕਈ ਦਿਨਾਂ ਤੋਂ ਉਹ ਵਾਰ-ਵਾਰ ਕਹਿ ਰਹੇ ਸੀ ਕਿ ਕਿਸਾਨ ਕੇ ਹਮ ਹਤਾਇਸ਼ੀ ਹੈ ਹਮ ਹਮਾਈਤੀ ਹੈ ਹਮ ਅਨਛਨ ਕਰੇਗੇ ਉਹ ਅਨਛਨ ਯਾਨੀ ਕਿ ਪੋਖੜ ਤਾਲ ਕਰਨ ਦੇ ਵਿੱਚ ਮਾਹਰ ਉਹਨਾਂ ਨੇ ਹੁਣ ਤੱਕ ਬਹੁਤ ਵਾਰ ਭੋਖੜਤਾਲਾ ਕੀਤੀਆਂ ਸਿੱਟਾ ਕੋਈ ਨਿਕਲਿਆ ਹੋਵੇ ਜਾਂ ਨਾ ਨਿਕਲਿਆ ਹੋਵੇ ਪਰ ਅੰਨਾ ਖਧਾਰੇ ਦੀ ਪਛਾਣ ਭੋਖੜਤਾਲ ਕਰਨ ਵਾਲੇ ਵਿਅਕਤੀ ਦੇ ਤੌਰ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਹੈਗੀ ਆ ਆਪਾਂ ਜਾਣਦੇ ਜਦੋਂ ਯੂਪੀਏ ਦੀ ਸਰਕਾਰ ਸੀ ਉਦੋਂ ਅੰਨਾ ਖਧਾਰੇ ਨੇ ਜਿਸ ਤਰੀਕੇ ਦੇ ਨਾਲ ਜਨ ਲੋਕਪਾਲ ਦੇ ਲਈ ਬਹੁਤ ਵੱਡੇ ਪੱਦਰ ਦੇ ਉੱਤੇ ਅੰਦੋਲਨ ਕੀਤਾ ਉਦੋਂ ਭਾਰਤ ਦੇ ਘਰ ਘਰ ਦੇ ਵਿੱਚ ਮੈਂ ਵੀ ਅੰਨਾ ਤੂੰ ਵੀ ਅੰਨਾ ਮੈਂ ਵੀ ਅੰਨਾ ਤੂੰ ਵੀ ਅੰਨਾ ਇਹ ਨਾਰੇ ਗੂੰਜਣ ਲੱਗ ਪਏ ਸੀ ਇਹ ਉਹ ਲੱਗਦਾ ਸੀ ਕਿ ਪੂਰਾ ਭਾਰਤੀ ਅੰਨਾ ਖਧਾਰੇ ਦੇ ਨਾਲ ਤੁਰ ਪਿਆ ਉਸ ਅੰਦੋਲਨ ਦਾ ਤਾਂ ਕੁਝ ਬਣਿਆ ਉਹ ਅੰਦੋਲਨ ਉਵੇਂ ਲਟਕ ਗਿਆ ਪਰ ਉਹਦੇ ਵਿੱਚੋਂ ਇੱਕ ਆਮ ਆਦਮੀ ਪਾਰਟੀ ਨਿਕਲੀ ਉਹਦੇ ਕਰਕੇ ਆਮ ਆਦਮੀ ਪਾਰਟੀ ਦਿੱਲੀ ਦੀ ਸੱਤਾ ਦੇ ਉੱਤੇ ਬਰਾਜਮਾਨ ਹੋ ਗਈ ਤੇ ਅੰਨਾ ਹਜ਼ਾਰੇ ਹੋਰਾਂ ਨੇ ਚੁੱਪ ਬਟ ਲਈ ਜਦੋਂ ਮੋਦੀ ਦੀ ਸਰਕਾਰ ਆਈ ਕਦੇ-ਕਦੇ ਇਹੋ ਲੱਗਣ ਲੱਗ ਪਿਆ ਸੀ ਕਿ ਸਿਰਫ ਤੇ ਸਿਰਫ ਯੂਪੀਏ ਦੀ ਸਰਕਾਰ ਦੇ ਖਿਲਾਫ ਹੀ ਇਹ ਸਾਰਾ ਅੰਦੋਲਨ ਸੀਗਾ ਨਾ ਕਿ ਵਰਤਮਾਨ ਸਰਕਾਰ ਦੇ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਚੁਣੌਤੀਆਂ ਦੇ ਖਿਲਾਫੀ ਹੈ ਪਰ ਹੁਣ ਅੰਨਾ ਹਜ਼ਾਰੇ ਨੇ ਚੁੱਪ ਤੋੜੀ ਹੈ ਉਹਨਾਂ ਨੇ ਕਿਹਾ ਜੀ ਕਿ ਸੁਵਾਮੀ ਨਾਥਨ ਫਾਰਮੂਲਾ ਵੀ ਲਾਗੂ ਕੀਤਾ ਜਾਵੇ ਦੇਸ਼ ਦੇ ਕਿਸਾਨਾਂ ਦੀ ਸਾਰ ਲਈ ਜਾਵੇ ਤੇ ਜੇਕਰ ਇੰਦਰ ਦੀ ਸਰਕਾਰ ਇੰਨਾਂ ਗੱਲਾਂ ਦੇ ਵੱਲ ਖਿਆਲ ਨਹੀਂ ਕਰਦੀ ਤਾਂ 30 ਜਨਵਰੀ ਤੋਂ ਮੈਂ ਆਪਣਾ ਮਰਨ ਵਰਤ ਸ਼ੁਰੂ ਕਰ ਦੇਣਾ ਉਹ ਹੁਣ ਮਰਨ ਵਰਤ ਦਿੱਲੀ ਦੇ ਵਿੱਚ ਆ ਕੇ ਸ਼ੁਰੂ ਕਰਨਗੇ ਜਾਂ ਆਪਣੇ ਜੱਦੀ ਪਿੰਡ ਰਾਲੇਗਨ ਸਿੱਧੀ ਦੇ ਵਿੱਚ ਕਰਨਗੇ ਕੀ ਉਹ ਮਰਨ ਵਰਤ ਸ਼ੁਰੂ ਕਰਨਗੇ ਵੀ ਜਾਂ ਨਹੀਂ ਕਰਨਗੇ ਇਹ ਆਉਣ ਵਾਲਾ ਵਕਤ ਦੱਸੂਗਾ ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗਾ ਟਿੱਪਣੀ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵੱਲੋਂ ਚੱਲ ਰਹੇ ਅੰਦੋਲਨ ਦੇ ਵਿੱਚਕਾਰ ਅੰਨਾ ਹਦਾਰੇ ਨੇ ਇੱਕ ਵਾਰ ਫੇਰ 30 ਜਨਵਰੀ ਤੋਂ ਮਰਨ ਵਰਤ ਦੇ ਉੱਤੇ ਜਾਣ ਦਾ ਐਲਾਨ ਕੀਤਾ ਹੈ ਅੰਨਾ ਹਦਾਰੇ ਦੇ ਐਲਾਨ ਦੇ ਨਾਲ ਕਿਸਾਨ ਸੰਗਠਨਾ ਸਮੇਤ ਉਹਨਾਂ ਦੀ ਲਹਿਰ ਨੂੰ ਹੁਣ ਨਵਾਂ ਜੋਸ਼ ਮਿਲ ਸਕਦਾ ਹੈ ਅੰਨਾ ਹਦਾਰੇ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਜਲਦੀ ਹੀ ਕਿਸਾਨਾਂ ਦੇ ਹਿੱਤਾਂ ਵਿੱਚ ਲਾਗੂ ਕਰੇ ਕੁਝ ਸਾਲ ਪਹਿਲਾਂ ਅੰਨਾ ਹਦਾਰੇ ਨੇ ਦਿੱਲੀ ਦੇ ਵਿੱਚ ਲੋਕਪਾਲ ਲਹਿਰ ਦੇ ਰਾਹੀਂ ਕਾਂਗਰਸ ਦੀ ਸਰਕਾਰ ਨੂੰ ਲਲਕਾਰਿਆ ਸੀ ਹੁਣ ਉਹਨਾਂ ਨੇ ਪਿਛਲੇ ਦਿਨੀ ਆਪਣੀਆਂ ਮੰਗਾਂ ਬਾਰੇ ਕੇਂਦਰ ਸਰਕਾਰ ਨੂੰ ਦੋ ਪੰਨਿਆਂ ਦਾ ਪੱਤਰ ਵੀ ਲਿਖਿਆ ਸੀ ਜਿਦੇ ਵਿੱਚ ਉਹਨਾਂ ਨੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਪਣੇ ਅੰਦੋਲਨ ਦੇ ਕਾਰਨਾਂ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਇਸ ਪੱਤਰ ਦੇ ਨਾਲ ਅੰਨਾ ਨੇ ਕਿਹਾ ਸੀ ਕਿ ਜੇ ਸਰਾਂ ਦੀ ਗੱਲ ਨਾ ਮੰਨੀ ਗਈ ਤਾਂ ਉਹ ਜਨਵਰੀ ਤੋਂ ਦਿੱਲੀ ਦੇ ਵਿੱਚ ਅੰਦੋਲਨ ਸ਼ੁਰੂ ਕਰ ਦੇਣਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਸੀ ਕਹਾਂਗੇ ਅੰਨਾ ਹਜ਼ਾਰੇ ਜਿਹੜੇ ਕਿ ਉਮਰ ਦੇ ਪੜਾਅ ਦੇ ਕਰਕੇ ਵੀ ਤੇ ਸ਼ਾਇਦ ਰਾਜਨੀਤਿਕ ਕਾਰਨਾਂ ਦੇ ਕਰਕੇ ਵੀ ਹੁਣ ਤੱਕ ਚੁੱਪ ਬੱਟੀ ਬੈਠੇ ਰਹੇ ਆ ਉਹਨਾਂ ਦੇ ਵੱਲੋਂ ਇੱਕਦਮ ਚੁੱਪ ਤੋੜਨਾ ਤੇ ਫਿਰ ਉਹਨਾਂ ਦੇ ਵੱਲੋਂ ਮਰਨ ਵਰਤ ਦੀ ਗੱਲ ਕਰਨਾ ਇਹਦਾ ਕੀ ਆਉਂਦੇ ਸਮੇਂ ਦੇ ਵਿੱਚ ਸਿੱਟਾ ਨਿਕਲਦਾ ਕੀ ਕੇਂਦਰ ਦੀ ਸਰਕਾਰ ਦੇ ਉੱਤੇ ਕੋਈ ਦਬਾਅ ਵਧੂਗਾ ਜਾਂ ਫਿਰ ਨਹੀਂ ਇਹ ਆਉਣ ਵਾਲਾ ਵਕਤ ਬਿਆਨ ਕਰੂਗਾ ਪਰ ਹਰ ਜਾਗ ਦੇ ਮਨੁੱਖ ਨੂੰ ਹਰ ਜਿਉਂਦੇ ਹੋਏ ਮਨੁੱਖ ਨੂੰ ਜਿਹੜਾ ਵੀ ਇਸ ਵਕਤ ਸਾਹ ਲੈਂਦਾ ਇਸ ਭਾਰਤ ਦੀ ਧਰਤੀ ਦੇ ਉੱਤੇ ਸਾਹ ਲੈਂਦਾ ਉਹਨੂੰ ਗਲਤ ਦੇ ਖਿਲਾਫ ਪੁੱਤਣਾ ਚਾਹੀਦਾ ਉਹਨੂੰ ਸਹੀ ਦੀ ਸਿਫਤ ਵੀ ਕਰਨੀ ਚਾਹੀਦੀ ਹੈ ਤੇ ਕੇਂਦਰ ਸਰਕਾਰ ਦੇ ਦਗਾ ਜੇਕਰ ਅਸੀਂ ਪਿਛਲੀ ਦੀਆਂ ਨੀਤੀਆਂ ਦੀ ਅਲੋਚਨਾ ਕਰਦੇ ਰਹੇ ਆ ਤਾਂ ਵਰਤਮਾਨ ਸਰਕਾਰ ਦੇ ਮੌਕੇ ਵੀ ਖੁੰਨੇ ਜੇ ਬਣ ਕੇ ਨਹੀਂ ਬਹਿਣਾ ਚਾਹੀਦਾ ਕਿਉਂਕਿ ਦੇਸ਼ ਨੂੰ ਇਸ ਵਕਤ ਬਹੁਤ ਵੱਡਾ ਖਤਰਾ ਵੀ ਪੈਦਾ ਹੋਇਆ ਇਸ ਖਤਰੇ ਦੇ ਵਿੱਚੋਂ ਨਿਕਲਣ ਦੇ ਲਈ ਇਸ ਖਤਰੇ ਦੇ ਵਿੱਚੋਂ ਬਚਣ ਦੇ ਲਈ ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਚੱਲਣਾ ਪੈਣਾ ਜਿਹੜੇ ਲੋਕ ਅੱਜ ਗੱਲ ਕਹਿੰਦੇ ਆ ਕਿ ਕੋਈ ਫਰਕ ਨਹੀਂ ਪੈਂਦਾ ਇਸ ਵਕਤ ਕੇਂਦਰ ਦੀ ਸਰਕਾਰ ਨੇ ਦੁਨੀਆ 'ਚ ਭੱਲ ਬਣਾਈ ਵੀ ਆ 56 ਇੰਚ ਦੀ ਛਾਤੀ ਦੇ ਹੰਮ ਬੁਲਾਏ ਪਏ ਆ ਉਹਨਾਂ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਜੀ ਇਸ ਨਕਲੀ ਜ਼ਿੰਦਗੀ ਦੇ ਵਿੱਚੋਂ ਬਾਹਰ ਆਓ ਤੁਹਾਨੂੰ ਵੀ ਪਟ્રોલ ਇਸ ਵਕਤ 80 ਰੁਪਏ ਤੋਂ ਮਹਿੰਗਾ ਹੀ ਮਿਲਦਾ ਲੀਟਰ ਤੁਹਾਨੂੰ ਵੀ ਸਿਲੰਡਰ ਉਸੇ ਭਾਅ ਮਿਲਦਾ ਜਿਹੜਾ ਸਾਨੂੰ ਭਾਅ ਮਿਲਦਾ ਤੁਹਾਨੂੰ ਵੀ ਬਾਕੀ ਜੀਵਨ ਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਜਿਵੇਂ ਬਾਕੀ ਲੋਕਾਂ ਨੂੰ ਨਹੀਂ ਮਿਲਦੀਆਂ ਇਸ ਕਰਕੇ ਝੋਲੀ ਚੁੱਕ ਬਣਦੇ ਨਾਲੋਂ ਜ਼ੈਰਤਮੰਦ ਬਣਨਾ ਚਾਹੀਦਾ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦਾ ਮਾਦਾ ਰੱਖਣਾ ਚਾਹੀਦਾ ਖਬਰਾਂ ਦੋਸਤੋ ਕਈ ਹੋਰ ਵੀ ਸੰ ਪਰ ਜੋ ਵਕਤ ਦੀ ਕਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆ ਗਿਆ ਦਿਓ ਬਹੁਤ ਬਹੁਤ ਮਿਹਰਬਾਨ